यस बेटे, आज दा अपना टॉपिक है बेबे जी वार्तक, हरपाल सिंह पुन्नू दा लिखा होया। ऑलरेडी अपन रीडिंग अच्छी तरह कर चुके हाँ बिफोर विंटर ब्रेक और PT3 विच। इहदे अकॉर्डिंग तुहानू 1 मार्क क्वेश्चन आए सी, पर हुण असीं अज लैसन नू चंगी तरह समझ के वड्डे प्रश्न डिस्कस करांगे। बेबे जी वार्तक लेख जो कि डॉक्टर हरपाल सिंह पुन्नू दा लिखा होया है। ध्यान नाल पॉइंट्स नोट करी चलो बेटे, जदों क्वेश्चन आंसर डिस्कस करने हैं। इस लेख विच लेखक ने एक सियानी सूझवान स्त्री दे चरित्र नू बयान कीता है। उस दे गुणा नू, उस दी कारगुजारी नू, उस दी अंदर जो रिश्तियां दी अहमियत है, खट्टे मिठे रिश्तियां दे तजर्बे नू बहुत ही खूबसूरती नाल पेश कीता है। लेखक ਤਾਂ ਆਪਣੀ ਬੇਬੇ ਦੇ ਨਾਲ ਬਹੁਤ ਗੂੜਾ ਸੰਬੰਧ ਰਿਹਾ। ਲੇਖਕ ਹਰਪਾਲ ਸਿੰਘ ਪੁੰਨੂ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ। ਅਸਲ ਵਿੱਚ ਲੇਖਕ ਆਪਣੇ ਬਚਪਨ ਦੇ ਦਿਨ ਯਾਦ ਕਰਦਾ ਹੈ। ਜਦੋਂ ਕੋਈ ਇਨਸਾਨ ਆਪਣੇ ਬਚਪਨ ਦੇ ਦਿਨ ਯਾਦ ਕਰਦਾ ਨਾ, ਤਾਂ ਉਹਨੂੰ ਲੱਗਦਾ ਹੈ ਕਿ ਉਹ ਸੁਨਹਿਰੀ ਪਲ ਹੁਣ ਵਾਪਸ ਨਹੀਂ ਆਉਣੇ, ਕਿ ਉਹ ਬਚਪਨ ਜਿਹੜਾ ਬੀਤ ਗਿਆ ਉਹ ਤਾਂ ਬਹੁਤ ਹੀ ਸੁਨਹਿਰੀ ਸੀ, ਜਿੱਥੇ ਮੌਜਾਂ ਮਾਣੀਆਂ, ਆਪਣੇ ਮਾਤਾ ਪਿਤਾ ਦੇ ਸਿੱਟੇ ਬਾਦਸ਼ਾਹੀ ਮਾਣੀ। ਲੇਖਕ ਨੂੰ ਵੀ ਲੱਗਦਾ ਹੈ ਕਿ ਉਸਨੇ ਬਾਦਸ਼ਾਹਾਂ ਵਾਲਾ ਜੀਵਨ ਬਿਤਾਇਆ ਸੀ ਆਪਣੀ ਬੇਬੇ ਦੇ ਹੁੰਦਿਆਂ। ਬਚਪਨ ਦੇ ਦਿਨਾਂ ਵਿੱਚ ਜਦੋਂ ਅਸੀਂ ਬੇਬੇ ਪਾਣੀ ਭਰਨ ਜਾਂਦੀ ਤਾਂ ਉਹ ਬੇਬੇ ਦੀ ਕਮੀਜ਼ ਪਕੜ ਕੇ ਨਾਲ ਨਾਲ ਤੁਰਦਾ ਸੀ। ਇਹ ਫਸਟ ਪੈਰੇ ਦੇ ਅਕੋਰਡਿੰਗ ਬੇਬੇ ਦੇ ਘਰ ਵਿੱਚ ਹੋਣ ਨਾਲ ਉਸਨੂੰ ਕਿਸੇ ਕਿਸਮ ਦੀ ਕੋਈ ਵੀ ਫਿਕਰ ਚਿੰਤਾ ਨਹੀਂ ਸੀ ਭਾਸਦੀ, ਕੋਈ ਫਿਕਰ ਚਿੰਤਾ ਨਹੀਂ ਸੀ ਜਾਪਦੀ। ਜਦੋਂ ਵੱਡੇ ਘਰ ਵਿੱਚ ਹੋਣ ਤਾਂ ਬੱਚਿਆਂ ਨੂੰ ਕੋਈ ਫਿਕਰ ਚਿੰਤਾ ਹੁੰਦੀ ਹੈ? ਜਦੋਂ ਬੱਚੇ ਬਚਪਨ ਵਿੱਚ ਹੋਣ, ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਆ ਤਾਂ ਉਹਨਾਂ ਨੂੰ ਜ਼ਿੰਮੇਵਾਰੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਲੇਖਕ ਸੀ ਜਿਹੜਾ, ਉਹਨੂੰ ਆਪਣੀ ਬੇਬੇ ਦੇ ਹੁੰਦਿਆਂ ਕੋਈ ਫਿਕਰ ਚਿੰਤਾ ਨਹੀਂ ਸੀ। ਜਦੋਂ ਕਦੀ ਬੇਬੇ ਕਿਸੇ ਰਿਸ਼ਤੇਦਾਰ ਤੇ ਤਾਂ ਜਾਣਾ ਹੀ ਪੈਂਦਾ ਹੈ ਵੱਡਿਆਂ ਨੂੰ, ਕੋਈ ਦੁੱਖ ਸੁੱਖ ਦੇ ਵੇਲੇ, ਕੋਈ ਖੁਸ਼ੀ ਦਾ ਮੌਕਾ ਹੈ, ਕੋਈ ਦੁੱਖ ਦੀ ਘੜੀ ਆ ਗਈ ਹੈ, ਤਾਂ ਬੇਬੇ ਨੂੰ ਆਪਣਾ ਜਾਣਾ ਵੀ ਪੈਂਦਾ ਸੀ। ਤਾਂ ਜਦੋਂ ਉਹ 2-4 ਦਿਨ ਨਾ ਵਾਪਸ ਆਉਂਦੀ ਤਾਂ ਲੇਖਕ ਨੂੰ ਕੁਝ ਵੀ ਚੰਗਾ ਨਾ ਲੱਗਦਾ, ਕੁਝ ਵੀ ਸੀ ਨਹੀਂ ਚੰਗਾ ਨਹੀਂ, ਉਸਨੂੰ ਲੱਗਦਾ ਕਿ ਘਰ ਬੜੀ ਗੁੰਮਸੁੰਮ ਹੈ, ਉਹ ਆਪਣੇ ਆਪ ਵਿੱਚ ਉਦਾਸਿਆ ਜਾਂਦਾ। ਫਿਰ ਹੁਣ ਅੱਗੇ ਕੀ ਦੱਸਿਆ, ਕਿਉਂਕਿ ਬੇਬੇ ਦੀ ਗੈਰ ਹਾਜ਼ਰੀ ਵਿੱਚ ਬਾਪੂ ਦਾ ਸੁਭਾਅ ਕਿਹੋ ਜਿਹਾ ਸੀ? ਤੁਸੀਂ ਆਲਰੇਡੀ ਕੀਤਾ ਹੋਇਆ 1 ਮਾਰਕ ਕੁਸ਼ਚਨ ਚ, ਕਿਹੋ ਜਿਹਾ ਸੁਭਾਅ ਸੀ ਕੌਣ ਦੱਸੇਗਾ? ਜੇ ਤੁਹਾਨੂੰ ਥੋੜਾ ਜਿਹਾ ਯਾਦ ਹੈ, ਰੇਜ਼ ਯੋਰ ਹੈਂਡਸ, ਕਿਹੋ ਜਿਹਾ ਸੁਭਾਅ ਸੀ? ਤੇ ਤਿਕਸ਼ਾ, ਹਾਂਜੀ ਬੇਬੇ ਦਾ ਸੁਭਾਅ ਬਹੁਤ ਹੀ ਸਖਤ ਸੀ। ਯੈਸ, ਨੈਕਸਟ ਹੈ ਬੇਟੇ, ਨੈਕਸਟ ਆਪਾਂ ਚੱਲਦੇ ਹਾਂ ਕਿ ਜਦੋਂ ਬੇਬੇ ਦਾ ਸੁਭਾਅ ਸਖਤ ਸੀ ਤਾਂ ਉਸਨੂੰ ਡਰ ਲੱਗਦਾ ਕਿ ਬਾਪੂ ਕਿਤੇ ਝਿੜਕ ਨਾ ਦੇਵੇ, ਪਰ ਬਾਪੂ ਝਿੜਕਦਾ ਨਹੀਂ ਸੀ। ਉਹਨੂੰ ਲੱਗਦਾ ਸੀ ਕਿ ਬੇਬੇ ਦੀ ਗੈਰ ਹਾਜ਼ਰੀ ਵਿੱਚ ਇਸਨੂੰ ਨਹੀਂ ਝਿੜਕਣਾ, ਸਗੋਂ ਇਸਦਾ ਹੋਰ ਖਿਆਲ ਰੱਖਣਾ ਹੈ। ਹੁਣ ਜਦੋਂ ਲੇਖਕ ਦੇ ਘਰ ਦੀ ਹਾਲਤ ਇੰਨੀ ਅੱਛੀ ਨਹੀਂ ਹੈ, ਮੀਨਸ ਗਰੀਬੀ ਵਾਲੀ ਹਾਲਤ ਕਹਿ ਸਕਦੇ ਹਾਂ, ਕਮਜ਼ੋਰ ਖਸਤਾ ਹਾਲਤ ਹੈ, ਜਦੋਂ ਬੱਚਿਆਂ ਨੂੰ ਕਾਪੀਆਂ ਦੀ, ਕਿਤਾਬਾਂ ਦੀ, ਨਵੇਂ ਕੱਪੜਿਆਂ ਦੀ ਜ਼ਰੂਰਤ ਪੈਂਦੀ, ਤਾਂ ਲੇਖਕ ਦੇ ਨਾਨਕੇ ਇਸ ਗੱਲ ਵਿੱਚ ਮਦਦ ਕਰਦੇ ਸਨ। ਕੌਣ ਮਦਦ ਕਰਦਾ? ਲੇਖਕ ਦੇ ਨਾਨਕੇ ਮਦਦ ਕਰਦੇ ਸਨ, ਕਿਉਂਕਿ ਲੇਖਕ ਦੇ ਨਾਨਕੇ ਜਿਹੜੇ ਸਨ ਉਹ ਤੇ ਰੱਚੇ ਪੁੱਜੇ ਸਨ, ਵਾਹੀਕਾਰ ਸਨ, ਹਰ ਮੰਗ ਪੂਰੀ ਕਰ ਦਿੰਦੇ ਸਨ। ਉਹਨਾਂ ਦੀ 50 ਏਕੜ ਜ਼ਮੀਨ ਦੇ ਮਾਲਕ ਸਨ ਤੇ ਬੇਬੇ ਦਾ ਤਾਂ ਬਹੁਤ ਆਦਰ ਸਤਿਕਾਰ ਕਰਦੇ। ਉਹਨੂੰ ਜਦੋਂ ਜਾਂਦੀ ਨਾ, ਉਹਨੂੰ ਕਹਿੰਦੇ ਤੂੰ ਘਰ ਦੀ ਮਾਲਕਣ ਆ ਗਈ ਹੈ। ਦੁੱਧ ਤੋਂ ਹੱਟੀ ਮੱਝ ਜਾਂ ਗਾਂ ਲੈ ਜਾਂਦੇ ਤੇ ਤਾਜ਼ੀ ਸੂਈ ਹੋਈ ਮੱਝ ਜਾਂ ਗਾਂ ਛੱਡ ਜਾਂਦੇ। ਉਹਦੇ ਘਰ ਆਉਂਦੇ ਨਾ, ਉਹਨੂੰ ਤਾਜ਼ੀ ਸੂਈ ਹੋਈ ਮੱਝ ਜਾਂ ਗਾਂ ਛੱਡ ਜਾਂਦੇ ਕਿ ਇਹਦੇ ਘਰ ਦੁੱਧ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ। ਜੇ ਕਿਤੇ ਕੋਈ ਘਰੇਲੂ ਤੰਗੀ ਆ ਗਈ ਹੈ ਤਾਂ ਲੇਖਕ ਦੀ ਬੇਬੇ ਉਸ ਘਰੇਲੂ ਤੰਗੀ ਦੇ ਸਮੇਂ ਆਪਣੇ ਨਾਨਕੇ ਆਪਣੇ ਪੇਕੇ ਜਾਂਦੀ ਹੈ। ਉਹ ਲੇਖਕ ਦੇ ਨਾਨਕੇ ਹੋਏ ਜਿਹੜੇ ਬੇਬੇ ਦੇ ਪੇਕੇ ਹੈ, ਤਾਂ ਲੇਖਕ ਨੂੰ ਵੀ ਪੇਕੇ ਭੇਜ ਦਿੰਦੀ ਜਦੋਂ ਕੋਈ ਘਰੇਲੂ ਤੰਗੀ ਆਉਂਦੀ, ਤੇ ਉਸਨੂੰ ਨਾਲ ਨਸੀਹਤ ਵੀ ਦਿੰਦੀ ਹੈ ਕਿ ਆਪਣੇ ਮਾਮੇ ਮਾਮੀ ਨਾਲ ਬਹੁਤ ਪਿਆਰ ਕਰਨਾ, ਉਹਨਾਂ ਦਾ ਸਤਿਕਾਰ ਕਰਨਾ ਹੈ। ਹੁਣ ਜਦੋਂ ਅਗਲਾ ਸਟੈਪ ਹੈ ਕਿ ਜਦੋਂ ਲੇਖਕ ਨੂੰ ਪਟਿਆਲੇ ਪੜ੍ਹਨ ਜਾਣਾ ਪੈ ਰਿਹਾ, ਤਾਂ ਉਸਦੀ ਬੇਬੇ ਹੈ ਨਾ ਇਮੋਸ਼ਨਲ ਹੋ ਜਾਂਦੀ ਹੈ, ਜਜ਼ਬਾਤੀ ਹੋ ਜਾਂਦੀ ਹੈ। ਲੇਖਕ ਉਸਨੂੰ ਬੜਾ ਵਧੇਰੇ ਹੌਸਲਾ ਦਿੰਦਾ, ਪਰ ਮਾਂ ਬਾਪ ਨੇ ਬੱਚਿਆਂ ਦਾ ਵਿਛੋੜਾ ਚੱਲਿਆ ਨਹੀਂ ਜਾਂਦਾ। ਹੁਣ ਜਿਵੇਂ ਬੱਚੇ ਜਿਹੜੇ ਨੇ ਆਪਣੀ ਫਰਦਰ ਪੜ੍ਹਾਈ ਦੇ ਲਈ 10th ਕਲਾਸ ਤੋਂ ਬਾਅਦ, 12th ਕਲਾਸ ਤੋਂ ਬਾਅਦ ਫੋਰਨ ਜਾਂਦੇ ਨੇ,
पेरेंट्स लिए भेजना तो बहुत औखा है, पर भेजना पैंदा कि बच्चों का फ्यूचर बनाना है, बच्चों की लाइफ बनानी है। बेबस हो जाती है उस समय। लेखक नूं समझांदा है कि मैं कोई जंग नहीं जितन चलिया, वह मां दीआं असीसां लैके उत्थों तुरदा है, ते मां भी उसनूं बड़ियां प्यार भरियां असीसां ब्लैसिंग्स दिंदी है। बेबी अपनी नानके परिवार पेके परिवार विच अपनी परचाई गुरदयाल कौर की बहुत सिफत करती है। वह लेखक नूं दसदी है कि उसका अपनी उसकी जिहड़ी मामी है, भावें उसका रंग जिहड़ा है बहुत लाल है, हीर वर्गी सोहणी है, उसकी बेबी की सहेली बनी है, उस नाल उसका वर्तावा किहो जिहा सहेलियां वाला है, क्योंकि बेबे नूं अपने पेके घर दे विच बहुत इज्जत मान सतिकार मिलता है। क्लीयर है बेटे इत्थों तक? नैक्सट, हुण जदों दिन त्योहार कोई आउंदा है, हुण घर भी जिहड़ा कच्चे कोठे वर्गा है, उत्थे जिहड़ी ना मिट्टी दे पोचे दी लिपा पोची हुंदी है, जदों कोई त्योहार आउंदा दुशहरे तों पहलां सारे एक दूजे की मदद करवाते हैं, घर वाले एक दूजे की की करते हैं, मदद करते हैं, दुशहरे तो पहला घर की लिपा पोची की जाती है। हुण जिवें अपने घर जिवें साडे पक्के घर ने मकान ने, उन्हां विच आपां पेंट करवाते हैं, ठीक है ना, रंग रोगन करवाते हैं, पर उत्थे की सी, पुराना घर है, कच्चा कोठा है, कच्चे कोठे दे विच मिट्टी पांडू पोचे दी, पांडू पोचे का भाव हुंदा है मिट्टी का पोचा, मिट्टी का लेप पोचा किया जाता है, एक दूजे की मदद करते हैं, कोई पानी लैके मदद करता है, कोई तूड़ी ते गारे नूं मिक्स कर दे, गारे ते तूड़ी नूं, तूड़ी दा लेप करांगे ना, तूड़ी दे विच मिट्टी मिलावांगे तां लेप हुंदा तां जो घर नूं सवारिया जा सके। और सारे ही बेबे दी जिहड़ी बोल बाणी तों बहुत प्रभावित हुंदे आ। लेखक ने दस्या है कि उसकी बेबे बहुत ही हौसले वाली बेबे होई है, कदी भी जिहड़ी है थोड़े किते कोई मुसीबत आ जाए तां वो हौसला नहीं हारती, और अपने बच्चों नूं भी उन्हें यही तहसीब दिती है, यही लियाकत दिती है कि कोई भी मुसीबत आ जाए तो घबराना नहीं, औखे समय नूं भी वाहिगुरु जी साथ है, परमात्मा जी साथ है, तो औखे समय नूं भी आसानी नाल पार किया जा सकता है। की सुनिया मिलता है बेबे तो कि वक्त है जिहड़ा भावे औखा आ जाए वह निकल जाता है, इस करके वक्त भावे औखा होवे सौखा होवे पर कदी घबराना नहीं चाहिए। की उदाहरण दिंदी है कि जे खूह पुट्टोगे तो पानी पियोगे, इस करके कदी भी घबराना नहीं है। फिर होर की उदाहरण दिंदी है कि जेकर फसलां पक्कन ते बदल चढ़ के आउंदे है तां उस समय तुहानू उस बदल चढ़न दा की संदेश दिंदे है कि तुहानू फसलां पक्कन दे विच जिहड़े कुदरती पानी है वह मदद करेगा। सौन दे महीने सब तो ज्यादा जिहड़ी है बेबे कहिंदी है कि सौन दे महीने की कदर करनी चाहीदी। बेबे जिहड़ी है प्यार नाल भरपूर है, परिवारिक रिश्तियां की अहमियत नाल भरपूर है। उस तो बाद वह कहिंदी है कि सुनेहा दिंदी है अपने बच्चों नूं कि उहदे उदाहरणां दे के समझाउंदी है, हौसला दे के कि मक्खियां तो डरदियां कदी आदमी ने शहद खाना नहीं छड्डिया, जे गावां मझां दुलत्ते मारदियां होण तां कोई मझ जां गां तो दुध चोणों नहीं हट जांदा, क्योंकि इस करके वह अपने आप नूं की समझदी है, किले की कंध, किले की कंध समझदी है। जे वाहेगुरु दा आशीर्वाद होए तां कोई कम भी औखा नहीं है। फिर लास्ट पैरे विच ओह कहिंदी है अपने आप नूं जिंदरा ते बच्चियां नूं की समझदी है, कुंजियां, कि जे वड्डे घर हन तां घर खुल्ला है, वड्डे तां घर दा की हुंदे ने जिंदरा हुंदे ने, ते जदों कहिंदी बेबे वर्गे ना रहे, जे मैं ना रही तां इह बच्चे अगों घर दी रखवाली करनगे, इह कुंजियां ने, ये चाबियां ने घर दी, पुत्तर सब कुछ फरोल सकते ने, सब कुछ वड्डियां दा सांभ सकते ने। लास्ट ते ओह कहिंदी है ओह रिश्तेदारां दे विच पुत्तरां दे विचकार एक कड़ी दा काम करती है, कड़ी समझदे हो, राजधानी, कड़ी मीन्स एक जोड़ के रखण दा, कि प्यार नाल रहण, उहनां नूं संदेश दिंदी है कि मेरे जाण तों बाद तुसीं प्यार नाल रहना है, अपने आप विच संबंध कायम रखणे आ, एक दूजे नूं मिलदे रहना है, एक दूजे तो दूर नहीं होना है। यह जड़ा लेख है इस तरह बेबे दे गुणा नाल भरपूर है, केड़े गुणा नाल,
प्यार नाल, भाईचारे की भावना नाल, रिश्ते की अहमियत नाल, मेहनत नाल, कि मेहनत करोगे तो फल मिले। मेहनत किए बिना तुसी जिंदगी च कामयाब नहीं हो सकते। समा भावे स्थिति भावे औखी होए सौखी होए, मेहनत करनी जरूरी है। और वह भी किवें? पॉजिटिव सोच रख के, चंगी विचार रख के, चंगी सोच रख के, सरबते भले की जाचना रख के। जे तुसी कोई काम करते हो तो वाहेगुरु का आशीर्वाद तुहाडे नाल है। हुण जदों बेबे किन्ने साल की हो गई है? 90 साल की हो गई है। हुण 90 साल का इंसान होए उहदे विच सुनन की क्षमता घट जाती है, बोलन की क्षमता घट जाती है, उहनूं ना तो दिखता है चंगी तरह, ना तो उहनूं सुनदा है। पर बेबे दा तजर्बा है कि उसनूं दूसरियां दी तौर तो पता लग जांदा कि घर विच कौन आया है, किसा खड़का होया है, कौन दुख विच है, कौन सुख विच है। ये इंसान नूं तजर्बे सिखांदे ने। इस करके ये आने वाली पीढ़ी लई, बेबे दे विचार बच्चों दे लई बड़े ही प्रभावित करने वाले ने कि जिंदगी विच हर पासे जिथों भी कोई चंगे विचार मिलन सीखने चाहिए। इंसान सीखता सारी जिंदगी है और सीख नाल तजर्बेकार होंदा। ते जदों इंसान तजर्बेकार हो जाए, भावे वह बजुर्ग हो जाए, उन्हों घट सुने घट दिखाई देवे, पर वह चाल ढाल तो इंसान दी तो समझ जाता है कि कौन दुख की घड़ी चो गुजर रहा, कौन सुखां विचों है, किसनों किस चीज की जरूरत है, कौन आया है। ठीक है, क्लियर है? ये सब कुछ कितों पता चलता है? तजर्बिया। इस लैसन दे विच, इस वार्तक लेख विच लेखक ने अपनी बेबे दे नाल जो समा बिताया है, हसदियां खेडदियां खट्टे मिठे तजर्बे हासिल करदियां, उस नूं बयान किया। फिर ये भी लास्ट ते दस्या कि बजुर्गां दी सेवा करनी बहुत जरूरी है, और उस घर विच लेखक दा जिहड़ा छोटा भरा है वह माँ बाप की सेवा करता है। हर खुशी गमी ते लेखक समेत सारे जने मिलके बेबे दी जड़ी उन्होंने मिली हुई सिक्ख्या उहदे तहत वह रौनक लगाते हैं बेबे दे जान तो बाद भी, क्योंकि बेबे ने जान लग्या समझाया कि तुसी किसे तित त्यौहार ते किसे सुख दुख दे समय ते आपस विच मिलते रहना। जे बेबे बापू कहिंदी ना भी रहे, जे असी ना भी रहे, तां असी उन्हां दे कहे अनुसार आपस विच प्यार मुहब्बत भाईचारा बना के रखना और दुख सुख दे समय कम आना है। क्लियर है बेटे? हाँ जी बच्चे, सबनों ये वार्तक लेख क्लियर होया? चलो फर्स्ट क्वेश्चन डिस्कस करिए। पहले क्वेश्चंस नोट कर लो, केड़े केड़े क्वेश्चंस आपां लिखने हैं। ये आपां 50-60 शब्दां विच उत्तर देने हैं। हुण तुहानूं पेपर दे विच वार्तक लेख विचों फाइनल एग्जाम विच वड्डे प्रश्न आने हैं। हुण छोटे प्रश्न नहीं आने, वह कविता विचों आने हैं, वह कहानी विचों आने हैं, वह एकांगी विचों वन मार्क क्वेश्चन भी आने हैं, तो वड्डे प्रश्न। ठीक है, तो जीवनियां तुहाडे सिलेबस च है ही नहीं, और वार्तक लेख विचों सिर्फ वड्डे प्रश्न आने हैं, वह भी चोन ते आधारित, चॉइस ते आधारित। दो क्वेश्चन जां तीन क्वेश्चन दिते, उन च टू करने हैं। ठीक है, ये टू मार्क्स च भी आ सकते हैं, पर थ्री मार्क्स फोर मार्क्स तो आना ही आना। ठीक है, हुण फर्स्ट क्वेश्चन नोट करो। लेखक दे बचपन दा जीवन क्यों जा सी? पहले क्वेश्चन नोट कर लो, फिर आपां डिस्कस करते हाँ। हाँ जी प्रतीक्षा, प्रतीक्षा यस बेटे। लेखक दा जीवन बहुत ही मौज मस्ती वाला सी। उसनूं अपनी बेबे पासों बहुत प्यार मिलदा। जदों तक बेबे कायना जदों बेबे कायना हुंदी, ओह चुप चाप गुम सुन रहिंदा अते उस दा किसी नाल गल करन दा दिल भी नहीं करदा। बेबे दे घर विच होण नाल हर दिन दिन त्यौहार। जस्ट वेट बेटे, आवाज ना शाउट कर रही है थोड़ी जी, जस्ट वेट। यस बेटे, लेखक दे बचपन दा जीवन क्यों जा सी? बेबे दे प्यार नाल भरपूर सी। बेबे जिथे भी जांदी उथे लेखक उसे नाल ही जांदा। जदों बेबे खूह ते पानी भरन जांदी तां उह उसकी कमीज की कन्नी फड़ के नाल उसे जांदा। बेबे दे हुंदिआं घर उसनूं किले वांग लगदा सी ते त्यौहार वांग जापदा सी। जे किते बेबे चले जांदी किसे दुख सुख समय अपने रिश्तेदार दे घर, तां उसनूं घर सुन्ना जिहा जापदा। उह पढ़ाई करदा, डंगर चारदा,
खेती दे कमां विच हाथ वटांदा, दरख्तां ते चढ़दा, उतरदा, नहरां विच छालां मारदा, रेत विच लड़दा। इस तरह करन नाल की हुंदा सी? उसी बेबे ने उन्हूं कहा सी कि जदों इंसान हरकत विच आउंदा है तां कोई भी बीमारी नहीं लगती, कोई बीमारी नहीं लगती। लेखक दे बापू दा सुभा किसी सखत सी, पर जदों बेबे दी गैर हाजरी हुंदी, बेबे घर विच ना हुंदी, तां उह लेखक नूं बिल्कुल झिड़कदा जां मारदा नहीं सी, क्योंकि उसनूं पता सी कि लेखक ने बचपन विच रोणों नहीं हटना है। भावें लेखक दा बचपन गरीबी विच बीतिया, पर उसदे नानके अमीर होण करके उहनां दी मदद करदे सन। बस क्वेश्चन क्लीयर हो गया बेटे सब नूं? हांजी बेटे, सब नूं क्लीयर होया? जो आपां लैसन समझिया ना उहदे अकॉर्डिंग ही आंसर। सेकंड क्वेश्चन, पुत्तर ते घरों तुरन समय मां पुत्तर दी आपस विच जो गलबात हुई है उसका वर्णन करना है। उसका वर्णन करिए आपां, जो गलबात हुई है कौन दसेगा बेटे? हां जी दीप्ति, ट्राई करोगे बेटे? जो लेखक घरों तुरन लगा है तो उसी बेबे दे नाल अपनी मां पुत्तर दी आपस विच की गलबात हुई है, करोगे बेटे ट्राई? दीप्ति हो? चलो आप डिस्कस करते हैं। जो लेखक नु एक बार पटियाले पढ़न जाना पिया, तो पटियाले दी जो ओह बस फड़न दे लई घरों तुरिया, तो बेबे दी अखां विच की आ गया? बेबे दी अखां विच पानी छलकन लग पे, क्योंकि जज्बाती होना कुदरती है। उसने बेबे नूं समझाते हुए, हौसला दिंदे हुए कहा कि वह सरहद उत्ते कोई जंग लड़न लई लई नहीं चलिया। तो अगो बेबे ने कहा कि सरहदां उत्ते तां जिहड़े कट्टे बच्चे ने वह भी जंग लड़न लई नहीं जाते, पशु पंछी भी अपने बच्चों नूं जदों अखों ओले नहीं होण दिंदे, जदों पशु पंछियां दे बच्चे भी अखों ओले हो जाण तां वह भी दुख नाल कीने पुरलाउंदे हन। बेबे कहती है कि शायद तू यह गल नहीं समझ सकता कि जो बच्चे अपने माता पिता तो अखों ओले हो तो माता पिता के लिए बच्चों का विछोड़ा सहना असह हो जाता है। कि एक माँ है, माँ का कुदरती तौर पर जज्बाती हो जाना, भावुक हो जाना कुदरती है। यह आपस में उन्होंने गलबात होती है। क्लीयर हो गया बेटे? कदों गलबात होती है? जदों वह पटियाले पढ़ने लिए चलिया है, तो जो घरों तुरन लग्या तो बेबे का जज्बाती होना कुदरती है। नेक्स्ट क्वेश्चन, लेखक दे परिवार की उसकी नानके किवें मदद करते सन? ये तो ईजी है क्वेश्चन, ये तो तुसी दस सकते हो। हाँ ये कौन दसेगा? कौन ट्राई करेगा? यस रेज योर हैंड, ओनली प्रतीक्षा का हैंड ही रेज होया बेटे, बाकी बच्चों की पार्टिसिपेशन। यस बेटे, वट अबाउट अदर्स? ट्राई करो आंसर। हाँ बच्चे, हाँ प्राची, प्राची यस मैम फुल आंसर। लेखक के परिवार विच जदो मुश्किल का समय होंदा तां उसकी बेबे लेखक नू नानके घर तोर दिंदी थोड़े दिन लई, ते जदों उहदे घर विच उसदी बेबे कुछ कपड़े वगैरह खरीद नहीं पाती तां उह परेशान हो जाती ते नानके जा पुजदी। उहदे मामे चंगे वाहीकार सन जिन्हां कोल 50 एकड़ जमीन सी, ਉਹ ਕਦੇ ਵੀ ਆਪਣੀ ਭੈਣ ਨੂੰ ਖਾਲੀ ਹੱਥ ਨਹੀਂ ਤੋ ਜਾਣ ਦਿੰਦੇ ਸਨ, ਕਦੇ ਦੁੱਧ ਘਿਓ ਖੋਆ ਦੇ ਦਿੰਦੇ। ਵੈਰੀ ਗੁੱਡ, ਇਸ ਤਰ੍ਹਾਂ ਉਹ ਲੇਖਕ ਦੀ ਮਦਦ ਕਰਦੇ। ਗੁੱਡ ਆਨਸਰ, ਐਗਜ਼ੈਕਟਲੀ ਗੁੱਡ ਆਨਸਰ। ਲੇਖਕ ਦਾ ਪਰਿਵਾਰ ਬਹੁਤ ਹੀ ਗਰੀਬ ਸੀ, ਠੀਕ ਹੈ? ਇੱਥੋਂ ਸਟਾਰਟ ਕਰੋਗੇ, ਕਦੋਂ ਮਦਦ ਕਰਦੇ ਸਨ? ਲੇਖਕ ਦਾ ਪਰਿਵਾਰ ਗਰੀਬ ਸੀ, ਇਸ ਕਰਕੇ ਜਦੋਂ ਵੀ ਲੇਖਕ ਨੂੰ ਕਿਤਾਬਾਂ ਦੀ, ਕਾਪੀਆਂ ਦੀ, ਹੋਰ ਸਮਾਨ ਦੀ ਜ਼ਰੂਰਤ ਪੈਂਦੀ ਜਾਂ ਕਿਸੇ ਚੀਜ਼ ਦੀ ਹੋਰ ਕਮੀ ਹੋ ਜਾਂਦੀ ਤੇ ਘਰ ਵਿੱਚ ਇਹ ਚੀਜ਼ਾਂ ਲੈਣ ਦੇ ਲਈ ਪੈਸੇ ਨਾ ਹੁੰਦੇ, ਤਾਂ ਲੇਖਕ ਦੀ ਬੇਬੇ ਇਹਨਾਂ ਚੀਜ਼ਾਂ ਵਾਸਤੇ ਜਦੋਂ ਪ੍ਰਬੰਧ ਨਾ ਹੋ ਸਕਦਾ ਤਾਂ ਉਹ
ਭਾਵਕ ਵੀ ਹੋ ਜਾਂਦੀ, ਖਸਤਾ ਘਰ ਦੀ ਹਾਲਤ ਕੇ ਰੋਣ ਲੱਗ ਜਾਂਦੀ ਤਾਂ ਇਸ ਸਮੇਂ ਉਸੇ ਲੇਖਕ ਦੇ ਨਾਨਕੇ ਅਰਥਾਤ ਬੇਬੇ ਦੇ ਜਿਹੜੇ ਪੇਕੇ ਮਦਦ ਕਰਦੇ ਸਨ, ਕਿਉਂਕਿ ਲੇਖਕ ਦੇ ਨਾਨਕੇ ਜਿਹੜੇ ਸਨ ਬਹੁਤ ਹੀ ਰੱਜੇ ਪੁੱਜੇ ਵਾਹੀਕਾਰ ਸਨ, 50 acres ਜ਼ਮੀਨ ਦੇ ਮਾਲਕ ਸਨ, ਅਤੇ ਹੋਰ ਇਸ ਤੋਂ ਵੀ ਵੱਧ ਕੇ ਉਹ ਆਪਣੀ ਜਿਹੜੀ ਬੇਬੇ ਹੈ ਉਸ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦਿੰਦੇ ਸਨ। ਜਦੋਂ ਬੇਬੇ ਵੀ ਉੱਥੇ ਜਾਂਦੀ ਹੈ ਤਾਂ ਉਸਦੀ ਭਰਜਾਈ ਉਸਨੂੰ ਉਸਨੂੰ ਮਾਲਕਣ ਕਹਿ ਕੇ ਵੜਿਆਉਂਦੀ ਹੈ ਕਿ ਤੂੰ ਇਸ ਘਰ ਦੀ ਮਾਲਕਣ ਆ ਗਈ, ਉਸਨੂੰ ਕਿਸੇ ਚੀਜ਼ ਦੀ ਵੀ ਥੁੜ ਨਾ ਹੋਣ ਦਿੰਦੇ। ਲੇਖਕ ਨੂੰ ਘਿਓ ਖੋਆ ਭੇਜ ਦਿੰਦੇ ਤੇ ਘੋੜੀ ਤੇ ਝੂਟੇ ਵੀ ਦਿੰਦੇ, ਹਰ ਚੀਜ਼ ਜਿਸ ਚੀਜ਼ ਦੀ ਵੀ ਜ਼ਰੂਰਤ ਹੁੰਦੀ ਉਹਦੇ ਲਈ ਉਹਨਾਂ ਦੀ ਪੂਰੀ ਮਦਦ ਕਰਦੇ ਸਨ, ਕੋਈ ਵੀ ਚੀਜ਼ ਦੀ ਤੋਟ ਨਹੀਂ ਸਨ ਆਉਣ ਦਿੰਦੇ। ਕੌਣ ਮਦਦ ਕਰਦੇ? ਨਾਨਕੇ ਪਰਿਵਾਰ ਵਾਲੇ, ਲੇਖਕ ਦੇ। ਕੁਐਸਚਨ ਕੀ ਹੈ? ਲੇਖਕ ਦੇ ਪਰਿਵਾਰ ਦੀ ਉਸਦੇ ਨਾਨਕੇ ਕਿਵੇਂ ਮਦਦ ਕਰਦੇ? ਜੇ ਬੇਬੇ ਦਾ ਪਰਿਵਾਰ ਹੈ ਤਾਂ ਫਿਰ ਬੇਬੇ ਵਰਡ ਯੂਜ਼ ਕਰਨਾ ਹੈ। ਇੱਥੇ ਕੀ ਆਇਆ? ਲੇਖਕ, ਜਿਸਨੇ ਕਿ ਆਪਣੀ ਬੇਬੇ ਦੀ ਛਤਰ ਛਾਇਆ ਹੇਠ ਬਚਪਨ ਸੋਹਣਾ ਬਿਤਾਇਆ ਹੈ, ਔਰ ਨਾਨਕਿਆਂ ਪਰਿਵਾਰ ਤੋਂ ਮਦਦ ਵੀ ਮਿਲੀ ਹੈ। ਅਗਲਾ ਕੁਐਸਚਨ, ਲੇਖਕ ਦੀ ਘਰ ਦੀ ਲਿਪਾ ਪੋਚੀ ਤੇ ਸਜਾਵਟ ਦਾ ਕੰਮ ਕਿਵੇਂ ਕੀਤਾ ਜਾਂਦਾ? ਹਾਂਜੀ ਆ ਰਿਹਾ, ਯੈਸ ਬੇਟੇ ਆ ਰਿਹਾ, ਪਹਿਲਾਂ ਸ਼ੁਰੂ ਹੋ ਜਾਂਦਾ, ਸਾਰਾ ਪਰਿਵਾਰ ਰਲ ਕੇ ਉੱਪਰ ਪਾਂਡੂ ਦਾ ਫੇਰਿਆ ਜਾਂਦਾ ਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ ਸੀ। ਹਰ ਕੋਈ ਕਿਸੇ ਨਾ ਕਿਸੇ ਕੰਮ ਵਿੱਚ ਦੂਜੇ ਦਿਖਾਈ ਦਿੰਦਾ ਸੀ। ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ ਤਾਂ ਕੋਈ ਗੋਰਾ ਤੇ ਤੁਰੀ ਗਾਰੇ ਵਿੱਚ ਰਲਾ ਰਿਹਾ ਹੁੰਦਾ ਸੀ। ਵੈਰੀ ਗੁੱਡ। ਲੇਖਕ ਦਾ ਘਰ ਕੀ ਸੀ? ਕੱਚਾ ਸੀ, ਲਿਪਾ ਪੋਚੀ ਦਾ ਕੰਮ ਕਰਨਾ ਪੈਂਦਾ ਸੀ। ਲੇਖਕ ਦਾ ਘਰ ਕੱਚਾ ਸੀ ਔਰ ਹਰ ਸਾਲ ਕਿਸ ਸਮੇਂ? ਦੁਸਹਿਰੇ ਤੋਂ ਪਹਿਲਾਂ ਘਰ ਨੂੰ ਚੰਗੀ ਤਰ੍ਹਾਂ ਲਿਪਿਆ ਪੋਚਿਆ ਜਾਂਦਾ। ਸੋ ਔਰ ਸਾਰੇ ਘਰ ਦੇ ਜੀ ਰਲ ਮਿਲ ਕੇ ਇਸ ਕੰਮ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਦੇ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫੇਰ ਕੇ ਉਸ ਉੱਪਰ ਪੋਚਾ ਫੇਰਿਆ ਜਾਂਦਾ, ਫਰਸ਼ਾਂ ਨੂੰ ਗਾਰੇ ਨਾਲ ਲਿਪਿਆ ਜਾਂਦਾ, ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਕੋਈ ਕਹੀ ਦੇ ਨਾਲ ਤੂੜੀ ਤੇ ਗਾਰੇ ਨੂੰ ਰਲਾ ਰਿਹਾ ਹੁੰਦਾ। ਪਾਣੀ ਪਾ ਪਾ ਕੇ ਰਲਾਈ ਜਾਣਾ ਤੇ ਫਿਰ ਉਹਦਾ ਕੀ ਬਣਾਉਣਾ? ਇੱਕ ਜਿਹੜਾ ਟੋਜਾ ਤਿਆਰ ਕਰ ਲੈਣਾ, ਉਹਦੇ ਨਾਲ ਉਹਨੂੰ ਲੇਪ ਕਰਨਾ। ਜਿਵੇਂ ਆਪਾਂ ਪੱਕੇ ਘਰਾਂ ਵਿੱਚ ਪੇਂਟ ਕਰਵਾਉਂਦੇ ਹਾਂ, ਸੀਮਟ ਦਾ ਪਲਸਤਰ ਕਰਾਉਂਦੇ ਹਾਂ, ਤੇ ਕੱਚੇ ਘਰਾਂ ਦੇ ਵਿੱਚ ਮਿੱਟੀ ਦਾ ਲੇਪ ਕੀਤਾ ਜਾਂਦਾ। ਘਰ ਦੀਆਂ ਚੀਜ਼ਾਂ ਨੂੰ ਸਾਰੇ ਥਾਂ ਤੇ ਟਿਕਾਣੇ ਤੇ ਰੱਖਦੇ। ਉਹ ਪਸ਼ੂਆਂ ਦੀਆਂ ਖੁਰਲੀਆਂ ਤੱਕ ਲਿਪਦੇ, ਮੱਝਾਂ ਦੇ ਸਿੰਘਾਂ ਨੂੰ ਤੇਲ ਲਾਇਆ ਜਾਂਦਾ, ਘਰ ਹੈ ਜਿਹੜਾ ਸੁਗੰਧੀਆਂ ਦੇ ਨਾਲ ਮਹਿਕਣ ਲੱਗ ਜਾਂਦਾ। ਕਲੀਅਰ ਹੈ ਬੇਟੇ? ਇਸ ਤਰ੍ਹਾਂ ਉਹ ਘਰ ਨੂੰ ਦੁਸਹਿਰੇ ਤੋਂ ਪਹਿਲਾਂ ਲਿਪਾ ਪੋਚੀ ਕਰਕੇ ਖੂਬ ਸਜਾਉਂਦੇ ਸਨ, ਖੂਬ ਸ਼ਿੰਗਾਰਦੇ ਸਨ, ਖੂਬ ਸੰਵਾਰਦੇ ਸਨ। ਨੈਕਸਟ ਕੁਐਸਚਨ, ਔਖਾ ਕੰਮ ਨੇਪਰੇ ਚਾੜਨ ਲਈ ਬੇਬੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੀ ਹੈ? ਹਾਂਜੀ, ਔਖਾ ਕੰਮ ਨੇਪਰੇ ਚਾੜਨਾ ਤਾਂ ਕਿਵੇਂ ਚਾੜਨਾ? ਕਿਹੜੀਆਂ ਉਦਾਹਰਨਾਂ ਦਿੰਦੀ ਹੈ ਬੇਬੇ? ਕਿਵੇਂ ਉਹਨਾਂ 'ਚ ਉਤਸ਼ਾਹ ਪੈਦਾ ਕਰਦੀ ਹੈ? ਕਿਵੇਂ ਉਹਨਾਂ ਨੂੰ ਹੌਸਲਾ ਦਿੰਦੀ ਹੈ ਕਿ ਕੋਈ ਵੀ ਔਖਾ ਸਮਾਂ ਆ ਜਾਏ ਤੁਸੀਂ ਕਿੱਦਾਂ ਔਖੇ ਸਮੇਂ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਨੀ ਹੈ? ਹਾਂਜੀ ਬੇਟੇ, ਪ੍ਰਾਚੀ ਨੇ ਤਾਂ ਆਂਸਰ ਬੋਲਤਾ, ਬਾਕੀ ਬੱਚੇ ਬੇਟੇ ਬਾਕੀ ਵੀ ਟਰਾਈ ਕਰੋ। ਬਵਨੇਸ਼, ਹਰਮੀਤ, ਕਰਨਵੀਰ, ਚੀਆ, ਯੈਸ ਬੇਟੇ, ਪੂਰਾ ਚੈਪਟਰ ਤੁਸੀਂ ਸਮਝਿਆ, ਆਪਾਂ ਅੱਛੀ ਤਰ੍ਹਾਂ ਰੀਡਿੰਗ ਕੀਤੀ ਹੋਈ ਹੈ। ਕੌਣ ਬੋਲੇਗਾ ਆਂਸਰ? ਟਰਾਈ ਕਰੋ ਬੇਟੇ। ਆਰਿਆ ਨੇ ਤਾਂ ਬਹੁਤ ਅੱਛਾ ਆਂਸਰ ਦਿੱਤਾ ਲਾਸਟ ਕੁਐਸਚਨ ਦਾ। ਯੈਸ ਜੀਆ, ਹਾਂਜੀ ਬੇਟੇ ਜੀਆ, ਜੀਆ ਬੋਲੋ ਬੱਚੇ ਆਂਸਰ। ਯੈਸ ਮੈਮ, ਬੇਬੇ ਕਈ ਉਦਾਹਰਨਾਂ ਦੇ ਕੇ ਸਮਝਾਉਂਦੀ ਸੀ। ਉਹ ਕਹਿੰਦੀ ਸੀ ਕਿ ਖੂਹ ਪੁੱਟੋ ਤੇ ਪਾਣੀ ਪੀਓ। ਵੈਰੀ ਗੁੱਡ। ਜੇਕਰ ਰੱਬ ਸਾਥ ਦੇਵੇ ਤਾਂ ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ, ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ, ਉਹ ਆਪ ਅੰਗ ਸੰਗ ਹੋ ਕੇ ਮਦਦ ਕਰਦਾ ਹੈ।
ਹਾਂਜੀ ਹੋਰ ਕਿਹੜੀਆਂ ਉਦਾਹਰਨਾਂ ਦਿੰਦੀ ਹੈ ਉਹ ਕਿ ਮੱਖੀਆਂ ਤੋਂ ਡਰਦਿਆਂ ਆਦਮੀ ਨੇ ਕਦੀ ਸ਼ਹਿਦ ਕਾਣਾ ਨਹੀਂ ਛੱਡਿਆ ਜੇ ਗਾਵਾਂ ਤੇ ਮੱਝਾਂ ਦੁਲੱਤੇ ਮਾਰਦੀਆਂ ਹੋਣ ਦੁਲੱਤੇ ਵੀ ਦੋਵੇਂ ਲੱਤਾਂ ਮਾਰਦੀਆਂ ਹੋਣ ਤਾਂ ਜਿਹੜੇ ਦੁੱਧ ਚੋਣ ਵਾਲੇ ਨੇ ਦੁੱਧ ਚੋਣ ਨੂੰ ਨਹੀਂ ਛੱਡ ਦਿੰਦੇ ਉਹਨੂੰ ਕਾਬੂ ਕਰਦੇ ਨੇ ਉਹਨੂੰ ਕਿਸੇ ਤਰ੍ਹਾਂ ਪਲੋਸਦੇ ਨੇ ਪਿਆਰਦੇ ਨੇ ਤਾਂ ਜੋ ਚੰਗੀ ਤਰ੍ਹਾਂ ਦੁੱਧ ਚੋਇਆ ਜਾ ਸਕੇ ਥੋੜੀ ਦੁੱਧ ਚੋਣੋਂ ਹਟ ਜਾਣਗੇ ਜੇ ਉਹ ਦੁਲੱਤੇ ਮਾਰਦੀ ਹੈ ਕਿ ਤੂੜੀ ਵਿੱਚੋਂ ਦਾਣੇ ਕੱਢਣੇ ਕਿਸੇ ਨੇ ਛੱਡੇ ਨੇ ਭਾਵੇਂ ਉਹ ਕੰਡਿਆਲੀ ਜਗ੍ਹਾ ਕਿਉਂ ਨਾ ਹੋਵੇ ਕੰਡਿਆਲੀ ਜਗ੍ਹਾ ਦੇਖ ਕੇ ਕਿਸੇ ਨੇ ਖੇਤ ਵਾਹੁਣੇ ਛੱਡੇ ਨੇ ਅਜਿਹੀਆਂ ਉਦਾਹਰਨਾਂ ਉਹ ਦਿੰਦੀ ਹੈ ਕਿ ਕਿਸੇ ਨੇ ਤੂੜੀ ਚੋਂ ਦਾਣੇ ਕੱਢਣੇ ਨੀ ਛੱਡੇ ਤੂੜੀ ਦੇ ਵਿੱਚੋਂ ਦਾਣੇ ਕੱਢਾਂਗੇ ਤਾਂ ਤੂੜੀ ਅਲੱਗ ਹੋਏਗੀ ਭਾਵੇਂ ਹੁਣ ਅੱਜ ਕੱਲ੍ਹ ਉਹ ਕੰਬਾਈਨਾਂ ਤੇ ਥਰੈਸ਼ਰ ਜਿਹੜੇ ਕੰਮ ਕਰਦੇ ਨੇ ਪਰ ਮਿਹਨਤ ਕਰਨੀ ਪੈਂਦੀ ਹੈ ਭਾਵੇਂ ਮਸ਼ੀਨਾਂ ਨਾਲ ਹੀ ਕਿਉਂ ਨਾ ਕਰਨੀ ਪਵੇ ਕਦੀ ਕਿਸੇ ਨੇ ਕੰਡਿਆਲੀ ਜਗ੍ਹਾ ਦੇਖ ਕੇ ਖੇਤ ਵਾਹੁਣੇ ਛੱਡੇ ਨੇ ਕਿ ਕਿਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੂਹੀਆਂ ਜ਼ਮੀਨਾਂ ਨੂੰ ਤੋੜ ਕੇ ਖੇਤੀ ਨਹੀਂ ਕੀਤੀ ਕਹਿੰਦੇ ਸਭ ਨੂੰ ਖੇਤੀ ਕਰਨੀ ਪੈਂਦੀ ਹੈ ਜ਼ਮੀਨਾਂ ਨੂੰ ਵਾਹੁਣਾ ਪੈਂਦਾ ਉਹਦੇ ਵਿੱਚ ਬੀਜਣਾ ਪੈਂਦਾ ਹੈ ਇਸ ਕਰਕੇ ਕਦੀ ਵੀ ਖਤਰਿਆਂ ਤੋਂ ਘਬਰਾਉਣਾ ਨਹੀਂ ਚਾਹੀਦਾ ਅਜਿਹੀਆਂ ਉਦਾਹਰਨਾਂ ਦਿੱਤੀਆਂ ਇੱਕ ਸ਼ਹਿਦ ਦੀ ਮੱਖੀ ਦੀ ਉਦਾਹਰਨ ਦੈਨ ਗਾਵਾਂ ਦੁਲੱਤੇ ਮਾਰਦੀਆਂ ਨੇ ਤਾਂ ਵੀ ਦੁੱਧ ਚੋਣਾ ਪੈਣਾ ਪੈਂਦਾ ਠੀਕ ਹੈ ਦੈਨ ਕੰਡਿਆਲੀ ਜਗ੍ਹਾ ਹੋਵੇ ਖੇਤ ਵਾਹੁਣੇ ਪੈਂਦੇ ਨੇ ਇਸ ਕਰਕੇ ਕੋਈ ਵੀ ਖਤਰੇ ਵਾਲਾ ਸਮਾਂ ਆ ਜਾਏ ਘਬਰਾਉਣਾ ਨਹੀਂ ਚਾਹੀਦਾ ਉਹ ਕਹਿੰਦੇ ਜੇ ਪਿਆਸ ਲੱਗੀ ਹੋਵੇ ਤਾਂ ਖੂਹ ਪੁੱਟਣਾ ਪੈਂਦਾ ਹੈ ਤਾਂ ਹੀ ਖੂਹ ਪੁੱਟੋਗੇ ਤਾਂ ਪਿਆਸ ਬੁਝਾਓਗੇ ਅਜਿਹਾ ਕਰਕੇ ਅਜਿਹੇ ਹੌਸਲੇ ਵਾਲੀਆਂ ਗੱਲਾਂ ਕਰਕੇ ਉਹ ਲੇਖਕ ਤੇ ਉਸਦੇ ਭਰਾਵਾਂ ਨੂੰ ਸੁਨੇਹਾ ਦਿੰਦੀ ਸੀ ਕਿ ਜੇਕਰ ਤੁਹਾਡੇ ਅੰਦਰ ਦ੍ਰਿੜ ਇਰਾਦਾ ਹੈ ਕੰਮ ਕਰਨ ਦੀ ਯੋਗਤਾ ਹੈ ਤਾਂ ਰੱਬ ਤੁਹਾਡਾ ਸਾਥ ਦਿੰਦਾ ਹੈ ਪਰਮਾਤਮਾ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡਾ ਜਿਹੜਾ ਔਖਾ ਕੰਮ ਹੈ ਉਹਦੇ ਲਈ ਤੁਹਾਡੇ ਲਈ ਰਸਤਾ ਬਿਲਕੁਲ ਸਾਫ਼ ਕਰ ਦਿੰਦਾ ਉਸਨੂੰ ਸੌਖਾ ਕਰਕੇ ਤੁਹਾਡੇ ਨਾਲ ਮਦਦਗਾਰ ਬਣਦਾ ਹੈ ਕਲੀਅਰ ਹੈ ਬੇਟੇ ਨੈਕਸਟ ਕੁਸ਼ਚਨ ਬੇਬੇ ਜੀ ਪਾਠ ਵਿੱਚ ਜਿੰਦਰਾ ਤੇ ਕੁੰਜੀਆਂ ਸ਼ਬਦ ਕਿਹਨਾਂ ਲਈ ਵਰਤਦੀ ਹੈ ਕਿਉਂ ਜਿੰਦਰਾ ਸ਼ਬਦ ਕਿਹਦੇ ਲਈ ਵਰਤਿਆ ਬੇਬੇ ਨੇ ਆਪਣੇ ਲਈ ਤੇ ਕੁੰਜੀਆਂ ਸ਼ਬਦ ਕਿਹਦੇ ਲਈ ਵਰਤਿਆ ਬੇਟੇ ਬੱਚਿਆਂ ਦੇ ਲਈ ਬੇਬੇ ਆਖਦੀ ਜਿੰਨੀ ਦੇਰ ਤੱਕ ਉਹ ਜਿਉਂਦੀ ਹੈ ਤੇ ਉਹ ਘਰ ਦਾ ਜਿੰਦਰਾ ਹੈ ਕਿ ਉਹਨਾਂ ਦੇਰ ਤੱਕ ਘਰ ਦੇ ਵਿੱਚ ਕਿਸੇ ਨੂੰ ਕਿਸੇ ਚੀਜ਼ ਦੀ ਵੀ ਕੋਈ ਕਮੀ ਨਹੀਂ ਹੈ ਜਦੋਂ ਉਹ ਚਲੇਗੀ ਇਸ ਦੁਨੀਆਂ ਵਿੱਚੋਂ ਤਾਂ ਘਰ ਦੀ ਰਖਵਾਲੀ ਕਰਨ ਲਈ ਪੁੱਤਰਾਂ ਨੂੰ ਬੱਚਿਆਂ ਨੂੰ ਰਲ ਮਿਲ ਕੇ ਅੱਗੇ ਆਉਣਾ ਪਵੇਗਾ ਪੁੱਤਰ ਸਭ ਕੁਛ ਫਰੋਲ ਸਕਦੇ ਨੇ ਜਿਸ ਵਿੱਚ ਸਭ ਕੁਛ ਪਿਆ ਹੈ ਘਰ ਵਿੱਚ ਬੇਬੇ ਦੇ ਆਸ਼ੀਰਵਾਦ ਨਾਲ ਇਸ ਕਰਕੇ ਬੇਬੇ ਨੇ ਆਪਣੇ ਲਈ ਜਿੰਦਰਾ ਸ਼ਬਦ ਤੇ ਬੱਚਿਆਂ ਦੇ ਲਈ ਕੁੰਜੀਆਂ ਸ਼ਬਦ ਵਰਤਿਆ ਹੈ ਬਾਕੀ ਇੱਕ ਦੋ ਕੁਸ਼ਚਨਸ ਰਹਿ ਗਏ ਆ ਆਪਾਂ ਕੱਲ ਦੀ ਕਲਾਸ ਵਿੱਚ ਡਿਸਕਸ ਕਰਾਂਗੇ ਔਰ ਕੱਲ ਆਪਾਂ ਰਾਈਟਿੰਗ ਸਕਿੱਲ ਕਰਾਂਗੇ ਬੇਟੇ ਠੀਕ ਹੈ ਤੁਸੀਂ ਹੁਣ ਲੈਸਨ ਨੂੰ ਇੱਕ ਵਾਰੀ ਫੇਰ ਅੱਛੀ ਤਰ੍ਹਾਂ ਪੜ੍ਹਨਾ ਹੈ ਸਮਝਣਾ ਹੈ ਔਰ ਵੱਡੇ ਪ੍ਰਸ਼ਨਾਂ ਦੇ ਉੱਤਰ ਆਪਣੀ ਫੇਅਰ ਨੋਟਬੁੱਕ ਤੇ ਕਰਨੇ ਆ ਠੀਕ ਹੈ ਬੱਚੇ